ਮਰਸਿਡੀ ਤੇ ਚੜਨਾ ਹੈ? ਹਾਂਜੀ ਹੈ ਚੜਨਾ ਤੇ ਚੜਨਾ ਹੈ। ਫਿਰ ਤਿੰਨ ਬੰਦੇ ਲੈ ਨਹੀਂ ਸਕਦੇ ਚੜਵਾ ਮਰਸਿਡੀ ਤੇ? ਐ ਫਿਰ ਚੜਦੇ ਹੁੰਦੇ ਕਿਤੇ। ਇੱਕ ਤਾਂ ਹੈਗਾ ਇਹ ਤਿੰਨ ਵਾਲਾ, ਤਿੰਨ ਤਿੰਨ ਬੰਦੇ ਲਾਉਣੇ। ਇੱਥੇ ਤੁਸੀਂ ਤਿੰਨ ਨਹੀਂ ਲਾਉਣੇ, ਇੱਧਰ ਤੁਸੀਂ ਦੋ ਲਾਉਣੇ। ਉਹ ਬਾਈ ਨਹੀਂ ਲੱਗਦਾ ਯਾਰ ਕੋਈ ਥੱਲੇ। ਜਦੋਂ ਤੇਰੇ ਥੱਲੇ 81 ਬੰਦੇ ਹੋ ਗਏ, 81 ਬੰਦਿਆਂ ਦੀ ਪੇਮੈਂਟ ਪਤਾ ਕਿੰਨੀ ਬਣਦੀ ਹੈ? ਬਿਜ਼ਨਸ ਕਰਨਾ ਚਾਹੁੰਦੇ ਹੋ? ਅਮੀਰ ਬਣਨਾ ਚਾਹੁੰਦੇ ਹੋ? ਮਰਸਿਡੀ ਤੇ ਘੁੰਮਣਾ ਚਾਹੁੰਦੇ ਹੋ? ਠੀਕ ਹੈ, ਤੁਸੀਂ ਪਤਾ ਕੀ ਕਰਨਾ, 10,000 ਰੁਪਇਆ ਇੱਕ ਵਾਰੀ ਲਾਉਣਾ ਤੁਸੀਂ, ਤੇ ਤਿੰਨ ਬੰਦੇ ਲਾਉਣੇ ਆ ਥੱਲੇ। ਠੀਕ ਹੈ, ਮੇਰੀ ਗੱਲ ਸੁਣੋ, ਮਰਸਿਡੀ ਤੇ ਚੜ੍ਹਨਾ? ਮਰਸਿਡੀ ਤੇ ਚੜ੍ਹਨਾ, ਤਿੰਨ ਬੰਦੇ ਤੁਸੀਂ ਥੱਲੇ ਲਾ ਨੀ ਸਕਦੇ, ਫਿਰ ਕਿਵੇਂ ਚੜ੍ਹੋਗੇ? ਠੀਕ ਹੈ, ਤਿੰਨ ਲਾਉਣੇ ਤੁਸੀਂ, ਤੁਹਾਡੇ ਦੋ ਲੈਗਾਂ ਚੱਲ ਪੈਣੀਆਂ, ਇੱਕ ਲੈਗ ਤੁਹਾਡੀ ਮੈਂ ਚਲਾ ਦੂੰ। ਠੀਕ ਹੈ, ਤੁਹਾਨੂੰ ਆਪਣੇ ਆਪ ਪੈਸੇ ਆਈ ਜਾਣਗੇ। ਆਹ ਤੁਸੀਂ ਤਿੰਨ ਤਿੰਨ ਬੰਦੇ ਲਾਏ ਥੱਲੇ, ਬਾਈ ਜੀ ਅਗਲੇ ਮਹੀਨੇ 1.5 ਲੱਖ ਦਾ ਚੈੱਕ ਆਊਗਾ ਮੈਨੂੰ। ਮਿਹਨਤ ਕਰੋਗੇ ਤਾਂ ਤੁਹਾਨੂੰ ਵੀ, ਮੈਂ ਤਾਂ ਇਹ ਸਕੀਮ ਮੈਂ ਹੋਰ ਨੂੰ ਦੱਸ ਦਿੰਦਾ, ਅਗਲਾ ਕੋਈ ਹੋਰ ਰਾਹਾ ਲੈ ਲੂਗਾ। ਜਿਹੜੀਆਂ ਸਾਡੇ ਕੋਲੇ ਦੋ ਦੋ ਕਨਾਲ, ਜੇ ਤੁਸੀਂ ਨਹੀਂ ਪੈਸਾ ਕਮਾਉਣਾ ਚਾਹੁੰਦੇ ਨਾ ਕਮਾਓ ਯਾਰ, ਮੈਂ ਲੱਗਦਾ ਨਹੀਂ, ਫਿਰ ਕੌਣ ਯਕੀਨ ਕਰੂਗਾ? ਐ ਨਹੀਂ ਲੱਗਦਾ ਜੀ। ਤਿੰਨ ਬੰਦੇ, ਮੇਰੇ ਮਾਮੇ ਦਾ ਮੁੰਡਾ ਹੋਊਗਾ, ਭੂਆ ਦਾ ਮੁੰਡਾ ਹੋਊਗਾ, ਮਹਿੰਗੇ ਆ ਯਾਰ। ਐ ਕਿੱਥੇ ਲੱਗ ਜਾਣਗੇ? ਨਹੀਂ ਲੱਗਦੇ ਬਈ, ਐ ਕਿੱਥੇ ਲੱਗਦੇ, ਤਾਂ ਮਰੀ ਜਾਂਦੇ ਯਾਰ। ਮਰਸਿਡੀ ਤੇ ਚੜ੍ਹਨਾ? ਹਾਂਜੀ ਹੈ, ਚੜ੍ਹਨਾ ਤੇ ਚੜ੍ਹਨਾ। ਫਿਰ ਤਿੰਨ ਬੰਦੇ ਲੈ ਨਹੀਂ ਸਕਦੇ ਚੜ੍ਹਵਾ ਮਰਸਿਡੀ ਤੇ? ਐ ਫਿਰ ਚੜ੍ਹਦੇ ਹੁੰਦੇ ਕਿਤੇ, ਫਿਰ ਅੱਗੇ ਮੈਂ ਤਾਂ ਆਹਦੇ, ਮੇਰੀ ਗੱਲ ਸੁਣ, ਤਿੰਨ ਲਾ ਤੇ ਤੁਸੀਂ 10,000 ਵਾਲੇ, ਉਹ ਤਿੰਨ ਗਾਹਾਂ ਫਿਰ ਤਿੰਨ ਤਿੰਨ ਲਾਉਣਗੇ। ਤੈਨੂੰ ਲੈਗਾਂ ਚਲਾਉਣੀਆਂ ਪੈਣਗੀਆਂ, ਚਲਾ ਦੂੰਗਾ ਯਾਰ। ਤੁਹਾਡੀ ਇੱਕ ਲੈਗ ਤੁਹਾਡੀ ਮੈਂ ਚਲਾ ਦੂੰ, ਭੈਣ ਤਨੇ ਦਿਓ ਚਾਚੇ ਦਾ ਮੁੰਡਾ ਹੈਗਾ ਬਈ, ਐ ਕੋਈ ਚਾਚੇ ਜੂਤੇ ਦਾ ਨੀ ਆਖੇ ਲੱਗਦਾ। ਨਹੀਂ ਲੱਗਦਾ, ਕੌਣ ਦਿੰਦਾ ਕੋਲੋਂ ਪੈਸੇ? 10 ਇੱਕ ਵਾਰੀ ਲਾਉਣਾ ਤੁਸੀਂ 10, ਨਹੀਂ ਬਈ ਉਦੋਂ ਬਾਅਦ ਤਾਂ ਕਹਿੰਦੇ ਤੋ 9,500 ਦਾ ਚੈੱਕ ਆਉਣ ਵਾਲਾ ਮੇਰਾ। 9,500 ਫਿਰ 10,000 ਦੇ ਕੇ 9,500 ਦਾ ਚੈੱਕ ਆਉਗਾ ਸਾਡੀ। ਤੁਹਾਨੂੰ ਤਾਂ ਜਾਣਦੇ ਆ ਲੋਕ, ਤੁਹਾਡੇ ਕੋਲ ਮਰਸਰੀ ਖੜਦੀ ਆ ਬਾਹਰ, ਤੇ ਤੁਹਾਨੂੰ ਤਾਂ ਦੇ ਦੇਣਗੇ। ਅਸੀਂ ਜੀ ਹੁਣ ਸਾਡਾ ਮੋਟਰਸਾਈਕਲ ਸਾਡੇ ਅਗਲੇ ਤੋਂ ਅਸੀਂ ਕਹਾਂਗੇ ਅਸੀਂ ਬਿਜ਼ਨਸ ਮਾਰਨਾ। ਸ਼ੁਰੂਆਤ ਤਾਂ ਜ਼ੀਰੋ ਤੋਂ ਕਰਨੀ ਪੈਂਦੀ ਬਈ, ਐ ਨੀ ਕੋਈ ਬਿਰਲਾ ਟਾਟਾ, ਹੋਰ ਕੋਈ ਅੰਬਾਨੀ ਅਡਾਨੀ ਹੈ, ਇਹ ਵੀ ਮੇਰੇ ਵਾਂਗੂ ਹੁੰਦੇ ਸੀ ਪਹਿਲਾਂ। ਹੋਰ ਕੋਈ ਬਿਜ਼ਨਸ ਹੈਗਾ ਦਾ ਦੱਸੇ ਇਹ ਬਈ ਲੱਗ ਲੁਗਦੇ। ਓ ਯਾਰ ਤੁਹਾਡੀ ਇੱਕ ਲੈਗ ਤਾਂ ਮੈਂ ਚਲਾ ਦੂੰ, ਇੱਕ ਰੌਲਾ ਤਾਂ ਦੂਜੀ ਦਾ ਹੀ ਆ, ਇੱਕ ਲੈਗ ਤਾਂ ਚਲਾ ਹੀ ਦਿੰਦਾ ਹਰੇਕ, ਦੂਜੀ ਨਹੀਂ ਚੱਲਦੀ। ਤੁਹਾਡੇ ਥੱਲੇ ਦਾ ਜਾਲ ਬਣਦਾ, ਨੌਵੇਂ ਮਹੀਨੇ 3,50,000 ਦਾ ਚੈੱਕ ਆਊਗਾ। ਮੇਰੀ ਗੱਲ ਸੁਣੇ, ਥੱਲੇ ਲੱਗ ਜਾਣਗੀ 10,000 ਦਾ ਨਾਂ ਸੁਣ ਕੇ ਬੰਦੇ, ਪਤਾ ਕੀ ਗੱਲ ਆ, ਸਾਡੀ ਤਾਂ ਕੋਈ ਘਰੇ ਨੀ ਸੁਣਦਾ, ਸਾਡੀ ਬਾਹਰ ਕੌਣ ਸੁਣ ਲੂ? ਫਿਰ ਹੁਣ ਨਾਲੇ ਜਾ ਕੇ ਸਾਨੂੰ ਮਰਸਰੀ ਚਾਹੀਦੀ ਹੈ, ਨਾਲੇ ਸਾਨੂੰ iPhone 15 ਚਾਹੀਦਾ, ਸਾਨੂੰ ਬੰਗਲਾ ਚਾਹੀਦਾ, ਇੱਥੇ ਤੁਸੀਂ ਤਿੰਨ ਨੀ ਲਾਉਣੇ, ਇੱਧਰ ਤੁਸੀਂ ਦੋ ਲਾਉਣੇ। ਬਾਈ ਨਹੀਂ ਲੱਗਦਾ ਕੋਈ ਥੱਲੇ, ਨਹੀਂ ਲੱਗਦਾ ਦੋ ਤੋਂ ਇੱਕ ਮੈਂ ਲਾ ਦੂੰ ਤੁਹਾਨੂੰ? ਨਹੀਂ ਬਾਈ ਥੱਲੇ ਇੱਕ ਵੀ ਨਹੀਂ ਲੱਗਦਾ। ਐ ਮੇਰੀ ਗੱਲ ਸੁਣੋ, ਉਹ ਗੱਲ ਤਾਂ ਸੁਣੋ ਮੇਰੀ, ਇੱਥੋਂ ਜਦੋਂ ਦੋ ਚੱਲ ਪਈ ਜਦੋਂ ਗੱਲ ਇੱਥੇ ਪਹੁੰਚ ਗਈ, ਤੁਹਾਡੇ ਬੰਦੇ ਲੱਗ ਗਏ 81 ਬੰਦੇ ਲੱਗ ਗਏ, 81 ਨੀ ਬਾਈ ਥੱਲੇ ਥੱਲੇ ਲੱਗਦੇ, ਸਭ ਝੂਠ ਹੁੰਦਾ ਹੁਣ ਦੀਆਂ ਗੱਲਾਂ ਯਾਰ। ਇਹਦਾ
ਤੁਸੀਂ ਤਾਂ ਤਿੰਨ ਲਾਉਣੇ ਆ ਉਹਨਾਂ ਤਿੰਨਾਂ ਨੇ ਗਾਂ ਤਿੰਨ ਲਾਉਣੇ ਹੁੰਦੇ ਆ ਅਸੀਂ ਤਿੰਨ ਕਿੱਥੋਂ ਲਾ ਦੇਵਾਂਗੇ ਯਾਰ ਤੂੰ ਸਾਡੇ ਤੂੰ ਹੀ ਹਲਾਈ ਜਾਂਦਾ ਵੀ ਤੁਸੀਂ ਤਿੰਨ ਅਸੀਂ ਲਾਵਾਂਗੇ ਕਿੱਥੋਂ ਤਿੰਨ ਮੇਰੇ ਮਗਰ ਆ ਨਹੀਂ ਲੱਗਦਾ ਮੇਰੇ ਮਗਰ ਆ ਨਹੀਂ ਲੱਗਦਾ ਅਸੀਂ ਤਿੰਨੇ ਨਹੀਂ ਇੱਕ ਦੂਜੇ ਦੇ ਮਗਰ ਲੱਗਦੇ ਯਾਰ ਮੇਰੀ ਗੱਲ ਸੁਣੋ ਅੱਜ ਆਪਾਂ ਮੇਰੀ ਗੱਲ ਅੱਜ ਮੈਂ ਮੋਟਰਸਾਈਕਲ ਤੇ ਆਇਆ ਠੀਕ ਆ ਅਗਲੇ ਹਫ਼ਤੇ ਕਹਿੰਦੇ ਤਾਂ ਨਰਸਰੀ ਤੇ ਆਊਂਗਾ ਮੈਂ ਅਸੀਂ ਕਾਹਤੇ ਆਵਾਂਗੇ ਸਾਡੇ ਬਾਰੇ ਵੀ ਸੋਚ ਅਸੀਂ ਤਾਂ ਕਿਸੇ ਨੇ ਚੜ ਕੇ ਮਿਹਨਤ ਕਰ ਲਓਗੇ ਤਾਂ ਤੁਸੀਂ ਉੱਡੀ ਤੇ ਆਓਗੇ ਤਿੰਨ ਬੰਦਿਆਂ ਨਾਲ ਨਹੀਂ ਫਰੇਮ ਅੰਕਲ ਘੜੀ ਸੀ ਦੇਵਾਂਗੇ ਤਾਂ ਤਿੰਨ ਬੰਦਿਆਂ ਨਾਲ ਅਸੀਂ 30,000 ਰੁਪਇਆ 30,000 ਚ ਤਾਂ ਸਾਨੂੰ ਕਿਤੇ ਕੋਈ ਦੇਵਾਂਗੇ ਜੀ ਜਿਵੇਂ ਤੁੱਕੇ ਇਕੱਠੇ ਕਰ ਦਿੰਦੇ ਐਂ ਕਰਕੇ ਦੇਵਾਂਗੇ ਫਿਰ ਬਾਈ ਕੇਰਾਂ ਤਾਂ ਐਂ ਤੁੱਕੇ ਕਰ ਲਓ ਭਾਵੇਂ ਤੁਸੀਂ ਪਾਥੀਆਂ ਇਕੱਠਾ ਮੈਨੂੰ ਮੈਂ ਨਹੀਂ ਜਾਣਦਾ ਕਿਤੋਂ ਚੋਰੀ ਕਰਕੇ ਲਿਆਓ ਠੱਗੀ ਕਰਕੇ ਕਿਵੇਂ ਲਿਆਓ ਮਿਹਨਤਾਂ ਕਰਕੇ ਪੈਰੀ ਹੱਥ ਲਾ ਕੇ ਕਿਵੇਂ ਵੀ ਲਾ ਲਾ ਉਹਨੂੰ ਮਨਾ ਲਿਆ ਉਹ ਫਿਰ ਦਸ ਤਿੰਨ ਦੀਆਂ ਮਿਹਨਤਾਂ ਕਰਨਗੇ ਜਦੋਂ ਤੇਰੇ ਥੱਲੇ 81 ਬੰਦੇ ਹੋ ਗਏ 81 ਬੰਦਿਆਂ ਦੀ ਪੇਮੈਂਟ ਪਤਾ ਕਿੰਨੀ ਬਣਦੀ ਹੈ 8,10,000 ਰੁਪਇਆ ਤੁਸੀਂ ਚੰਗਾ ਫਿਰ ਤੁਹਾਡਾ ਨੀ ਕੁਛ ਹੋ ਸਕਦਾ ਇਹ ਮਰਸੀਡੀਆਂ ਵਾਲਾ ਆਈਡੀਆ ਮੈਂ ਕਿਸੇ ਹੋਰ ਨੂੰ ਦੇ ਦੂੰਗਾ ਕੋਈ ਹੋਰ ਅਮੀਰ ਬਣ ਜੂ ਹੋਰ ਦਾ ਭਲਾ ਕਰਦੇ ਨਹੀਂ ਮਰਸੀਡੀਆਂ ਦੇ ਘੁੰਮਣਾ ਓਡੀਆਂ ਦੇ ਘੁੰਮਣਾ ਆਪਾਂ ਕਿਸੇ ਹੋਰ ਨੂੰ ਮਰਸੀਡੀ ਦੇ ਦਿਆਂਗੇ ਦੇਖ ਲਓ ਉੱਡੀ ਕਿਸੇ ਹੋਰ ਨੂੰ ਦੇ ਦੂੰ ਫਿਰ ਮੈਂ ਭੈਣ ਨਾਲ ਕੋਈ ਨਹੀਂ ਆਇਆ ਭੱਜ ਕੇ ਮੇਰੇ ਸਾਲੇ ਬੰਗਾਰੇ ਹੋਏ ਦੁਨੀਆਂ ਚਲਾਕ ਵਾਲੀ ਹੋ ਗਈ ਮੇਰੇ ਸਾਲੇ ਦੀ ਮੇਰੇ ਹਾਲੇ ਆਪਦੀ ਘਰ ਵਾਲੀ ਦੇ ਥੱਲੇ ਤਾਂ ਲੱਗ ਜਾਣਗੇ ਮੇਰੇ ਥੱਲੇ ਨਹੀਂ ਲੱਗਦੇ ਭੈਣ ਦੇ ਨਾਲੇ ਮੈਂ ਤੁਹਾਨੂੰ ਉੱਡੀ ਅਤੇ ਮਰਸੀਡੀ 'ਤੇ ਚੜ੍ਹਾਉਂ ਨਹੀਂ ਚੜ੍ਹਦਾ ਨਾ ਚੜ੍ਹੋ ਯਾਰ ਭੈਣਾਂ ਠੱਗੀ ਮਾਰਨੀ ਔਖੀ ਹੋਈ ਪਈ ਆ ਲੋਕ ਮੇਰੇ ਸਾਲੇ ਸਿਆਣੇ ਹੁੰਦੇ ਪਹਿਲਾਂ ਥੱਲੇ ਲੱਗ ਲੁੱਗ ਜਾਂਦੇ ਸੀ ਹੁਣ ਤਾਂ ਮੇਰੇ ਹਾਲ ਤੇਜ਼ ਹੋ ਗਈ ਦੁਨੀਆ ਦੁਨੀਆਂ ਨਾਲੋਂ ਦੁੱਗਣਾ ਤੇਜ਼ ਹੋਣਾ ਪਊਗਾ ਪਹਿਲਾਂ ਫਿਰ ਕਿਤੇ ਜਾ ਕੇ ਗੱਲ